ਆਸਟ੍ਰੇਲੀਆ ਮਰਦਮਸ਼ੁਮਾਰੀ ਹੋ ਰਹੀ ਆ। ਇਹ ਹਰੇਕ 5 ਸਾਲ ਬਾਅਦ ਆਸਟ੍ਰੇਲੀਆ ਚ ਹੁੰਦੀ ਆ। ਪਿਛਲੀ 2016 ਦੇ ਵਿੱਚ ਮਰਦਮਸ਼ੁਮਾਰੀ ਹੋਈ ਤਾਂ ਅਸੀਂ 1,32,000 ਪੰਜਾਬੀ ਨੇ ਆਪਦੀ ਬੋਲੀ ਪੰਜਾਬੀ ਲਿਖਾਈ ਤੇ ਆਪਦਾ ਧਰਮ ਰਿਲੀਜਨ ਸਿੱਖ ਲਿਖਾਇਆ। ਹੁਣ 5 ਸਾਲ ਬਾਅਦ ਇਹ ਫੇਰ ਹੋ ਰਹੀ ਆ। ਇਹਦੇ 'ਚ ਕਿਉਂ ਸਾਨੂੰ ਵੱਧ ਤੋਂ ਵੱਧ ਪੰਜਾਬੀ ਲਿਖਾਉਣੀ ਜ਼ਰੂਰੀ ਆ? ਇਹਦੇ ਕਈ ਕਾਰਨ ਨੇ। ਜਦੋਂ ਅਸੀਂ ਕਿਤੇ ਰਹਿੰਦੇ ਹਾਂ ਕਿਸੇ ਦੇਸ਼ ਦੇ ਵਿੱਚ ਤਾਂ ਉਹਦੀਆਂ ਨੀਤੀਆਂ ਸਾਡੀ ਗਿਣਤੀ ਦੇ ਹਿਸਾਬ ਨਾਲ ਬਣਦੀਆਂ ਨੇ। ਉਹਦੀਆਂ ਜਿਹੜੀਆਂ ਵੋਟ ਤੰਤਰ ਆ, ਵੋਟਾਂ ਦੇ ਹਿਸਾਬ ਨਾਲ ਸਾਨੂੰ ਸਹੂਲਤਾਂ, ਢਾਂਚਾ ਚੱਲਦਾ, ਢਾਂਚਾ ਜਿਹੜਾ ਉੱਥੋਂ ਦੇ ਜਿਹੜੇ ਬਛਿੰਦੇ ਨੇ, ਗਿਣਤੀ ਕਰਕੇ ਰਹਿੰਦੇ ਲੋਕ ਨੇ, ਉਹਨਾਂ ਨੂੰ ਮੁੱਖ ਰੱਖ ਕੇ, ਉਹਨਾਂ ਦਾ ਧਿਆਨ ਰੱਖ ਕੇ ਕਿੰਨੇ ਪਰਸੈਂਟ ਕੌਣ ਹੈ, ਕਿੰਨੇ ਪਰਸੈਂਟ, ਉਦੋਂ ਏਰੀਆ ਚੈੱਕ ਹੁੰਦਾ ਵੀ ਇੰਨੇ ਆਹ ਏਰੀਆ ਦੇ ਵਿੱਚ ਆਹ ਲੋਕ ਜ਼ਿਆਦਾ ਰਹਿੰਦੇ ਨੇ, ਇੱਥੇ ਇਹਦੀਆਂ ਚੀਜ਼ਾਂ, ਸਾਰੇ ਸੰਸਾਰ ਦੀ ਨੀਤੀ ਨੀਤੀ ਆ, ਵਰਲਡ ਦੀ ਨੀਤੀ ਆ, ਹੈ ਨਾ। ਉਹਦੇ ਵਿੱਚ ਹੁਣ 5 ਸਾਲ ਬਾਅਦ ਹੋਇਆ ਕੀ ਹੋ ਰਹੀ ਆ ਤਾਂ ਉਹਦੇ ਵਿੱਚ ਹੁਣ ਫਾਰਮ ਖੁੱਲਦਾ ਜਿਹੜਾ 10 ਅਗਸਤ ਉਹਦੀ ਲਾਸਟ ਡੇਟ ਆ। ਜੋ ਤੁਸੀਂ ਉਹਨੂੰ ਭਰਦੇ ਹੋ ਜਦੋਂ ਬੋਲੀ ਲਿਖਿਆ ਆਉਂਦਾ ਤਾਂ ਜੋ ਤੁਸੀਂ ਭਾਸ਼ਾ ਚੁਣਦੇ ਹੋ ਉੱਥੇ ਅਦਰਸ ਲਿਖਿਆ ਆ ਜਾਂਦਾ, ਪੰਜਾਬੀ ਲਿਖਿਆ ਨਹੀਂ ਆਉਂਦਾ। ਜਦੋਂ ਅਦਰਸ ਨੂੰ ਖੋਲੋਗੇ ਤਾਂ ਅੱਗੇ ਜਾ ਕੇ ਪੰਜਾਬੀ ਲੱਭ ਕੇ ਤੁਸੀਂ ਕਲਿੱਕ ਕਰਦੇ ਹੋ, ਵੱਖ ਵੱਖਰੀਆਂ ਛੋਟੇ ਛੋਟੇ ਬੀਲਿਆਂ ਦੀਆਂ, ਛੋਟੇ ਛੋਟੇ ਖਿੱਤੇ ਰਹਿਣ ਵਾਲੇ ਲੋਕਾਂ ਦੀਆਂ ਭਾਸ਼ਾਵਾਂ ਨੇ, ਇਸੇ ਤਰ੍ਹਾਂ ਮੁੱਖ ਭਾਸ਼ਾਵਾਂ ਨੇ ਜਿਹੜੀਆਂ, ਜਿਹਦੇ ਵਿੱਚ ਅੰਗਰੇਜ਼ੀ ਤੇ ਹੋਰ ਕਿਹੜੀਆਂ ਕਿਹੜੀਆਂ ਭਾਸ਼ਾਵਾਂ ਨੇ, ਭਾਸ਼ਾਵਾਂ ਨੇ ਉਹਦੇ 'ਚ ਅਸੀਂ ਹਜੇ ਨਹੀਂ ਆਉਂਦੇ। ਅੱਛਾ, ਇਸੇ ਤਰ੍ਹਾਂ ਹੀ ਉੱਥੇ ਧਰਮ ਆ, ਉਦੋਂ ਬਾਅਦ ਤੁਹਾਨੂੰ ਪੁੱਛਦੇ ਨੇ ਉਹ ਧਰਮ ਦੇ ਵਿੱਚ ਵੀ ਤੁਹਾਡਾ ਜਿਹੜਾ ਹਜੇ ਅਦਰਸ ਤੇ ਜਾ ਕੇ ਸਿੱਖ ਧਰਮ ਤੁਹਾਨੂੰ ਲੱਭ ਕੇ ਕਲਿੱਕ ਕਰਨਾ ਪੈਂਦਾ। ਸਭ ਤੋਂ ਪਹਿਲੀ ਵਾਰ, ਪਹਿਲੀ ਤਾਂ ਵੱਡੀ ਪ੍ਰਾਪਤੀ ਸਾਡੀ ਇਹ ਹੋਊਗੀ ਵੀ 2026 'ਚ ਜਦੋਂ ਮਰਦਮਸ਼ੁਮਾਰੀ ਹੋਵੇ ਨਾ, ਜੇ ਐਤਕੀ ਅਸੀਂ ਇੰਨੀ ਬਹੁ ਗਿਣਤੀ ਦੇ ਵਿੱਚ ਉਹਦੇ 'ਚ ਆਪਦੇ ਧਰਮ ਨੂੰ, ਸਿੱਖ ਤੇ ਪੰਜਾਬੀ ਨੂੰ ਲਿਖਵਾ ਦਈਏ ਤਾਂ ਅਗਲੀ ਵਾਰ ਜਿਹੜਾ ਸਾਡੀ ਭਾਸ਼ਾ ਉਹ ਅਦਰਸ ਅਦਰਸ ਨਹੀਂ ਪਵੇ। ਅਦਰਸ 5 ਸਾਲਾਂ 'ਚ ਬਹੁਤ ਵੱਡੀ ਪ੍ਰਾਪਤੀ ਹੋਣੀ ਚਾਹੀਦੀ ਹੈ। ਸਭ ਤੋਂ ਵੱਡੀ ਪ੍ਰਾਪਤੀ ਤਾਂ ਸਾਡੀ ਇਹੀ ਹੋਊਗੀ ਵੀ ਅਗਲੀ ਵਾਰ ਨੂੰ ਸਾਡੀ ਜਿਹੜੀ ਭਾਸ਼ਾ ਤੇ ਧਰਮ ਆ ਉਹ ਅਦਰਸ ਨਾ ਆਵੇ। ਅਸੀਂ ਸਿੱਧਾ ਹੀ ਜਿਵੇਂ ਦੂਜੇ ਧਰਮ ਆਉਂਦੇ ਨੇ ਨਾਲ ਜਿਹੜੇ ਉੱਥੋਂ ਦੇ ਨੇ ਤਾਂ ਉਹਦੇ ਵਿੱਚ ਅਸੀਂ ਆਈਏ, ਹਾਂ ਉਸੇ ਲਾਈਨ 'ਚ ਆਈਏ। ਦੂਜੀ ਗੱਲ, 1,32,000 ਅਸੀਂ 2016 ਸੀ, ਜੇ ਅਸੀਂ ਐਤਕੀ ਦੁੱਗਣੇ ਤਿੱਗਣੇ ਹੋ ਜਾਂਦੇ ਹਾਂ, 4 ਗੁਣਾ ਹੋ ਜਾਂਦੇ ਹਾਂ, ਤਾਂ ਜਿਵੇਂ ਕੈਨੇਡਾ ਦੇ ਵਿੱਚ ਸਾਡੀ ਭਾਸ਼ਾ ਜਿਹੜੀ 3 ਨੰਬਰ ਦੀ ਭਾਸ਼ਾ ਬਣ ਗਈ ਆ, ਉਸ ਹਿਸਾਬ ਨਾਲ ਹੁਣ ਕੈਨੇਡਾ ਨੂੰ ਆਪਾਂ ਕਹਿ ਦਿੰਦੇ ਵੀ ਉਹ ਵੀ ਦੂਜਾ ਪੰਜਾਬ ਆ। ਉਹ ਕਿਉਂ ਆ? ਅਸੀਂ ਉੱਥੇ ਉਹਨਾਂ ਨੂੰ ਮਰਦਮਸ਼ੁਮਾਰੀ ਦੇ ਵਿੱਚ ਲਿਖਾਇਆ, ਅਸੀਂ ਕੰਮ ਕਰਕੇ ਦਿਖਾਏ, ਚੀਜ਼ਾਂ ਦਿਖਾਈਆਂ, ਤਾਂ ਉਹਦੇ ਨਾਲ ਸਾਡੇ ਬਜ਼ੁਰਗਾਂ ਨੂੰ ਬਹੁਤ ਸੌਖਾ ਹੋ ਗਿਆ। ਹੁਣ ਆਸਟ੍ਰੇਲੀਆ ਵੀ ਸੁਭਾਵਕਾ ਸਟੂਡੈਂਟ ਜ਼ਿਆਦਾ ਗਏ ਨੇ, ਮਾਂ ਪਿਓ ਨੇ ਮਗਰ ਜਾਣਾ ਹੀ ਜਾਣਾ, ਤਾਂ ਉੱਥੇ ਸਾਡੇ ਬਜ਼ੁਰਗਾਂ ਨੂੰ ਸਰਵਾਈਵ ਕਰਨ ਲਈ ਆਪਦੀ ਭਾਸ਼ਾ 'ਚ ਕੁਛ ਚੀਜ਼ਾਂ ਮਿਲਣੀਆਂ, ਬੈਂਕਾਂ ਦੇ ਵਿੱਚ ਪੰਜਾਬੀ ਬੋਲਦਾ ਵਾਲੇ ਮਿਲਣੇ ਬਹੁਤ ਜ਼ਰੂਰੀ ਨੇ ਜੇ ਉਹਨਾਂ ਨੇ ਸੌਖਾ ਜੀਵਨ ਕੱਢਣਾ। ਉਸ ਕੈਨੇਡਾ ਦੇ ਵਿੱਚ ਅਵੇਲੇਬਲ ਹੋ ਗਿਆ, ਕਾਰਨ ਕਿ ਅਸੀਂ ਉੱਥੇ ਪੰਜਾਬੀ ਬਹੁ ਗਿਣਤੀ 'ਚ ਹੋ ਗਏ, ਅਸੀਂ ਆਪਦੀ ਹੋਂਦ ਨੂੰ ਦਰਸਾਇਆ। ਹੁਣ ਆਸਟ੍ਰੇਲੀਆ ਦੇ ਵਿੱਚ ਸਾਨੂੰ ਆਪਦੀ ਹੋਂਦ ਦੱਸਣ ਲਈ ਆਹ ਇੱਕ ਸੁਨਹਿਰੀ ਮੌਕਾ ਜਿਹਦੇ ਵਿੱਚ ਅਸੀਂ ਪੰਜਾਬੀ ਨੂੰ ਤੇ ਆਪਦੇ ਧਰਮ ਨੂੰ ਲਿਖਾ ਸਕੀਏ, ਤਾਂ ਅਗਲੀ ਵਾਰ ਨੂੰ ਜਦੋਂ 2026 ਤੱਕ ਨੂੰ ਇੱਕ ਤਾਂ ਅਸੀਂ ਅਦਰ ਚ ਨਾ ਆਈਏ, ਇੱਕ ਜਿਹੜਾ ਉਦੋਂ ਤੱਕ ਸਾਡਾ ਜਿਹੜਾ ਗਿਣਤੀ ਹੈ ਕਿ ਇੰਨੀ ਲਿਖਾ ਦਈਏ ਵੀ ਅਗਲੀਆਂ ਜਦੋਂ ਨੀਤੀਆਂ ਬਣਨ ਤਾਂ ਉਹ ਸਾਨੂੰ ਧਿਆਨ 'ਚ ਰੱਖ ਕੇ ਬਣਨ, ਅਸੀਂ ਅੱਖੋਂ ਪ੍ਰਾਪਤ ਸਾਡੀ ਗਿਣਤੀ ਇੰਨੀ ਹੋ ਜਾਏ, ਸ਼ਕਤੀ ਹੈ ਜਿਹੜੀ ਉਹਨਾਂ ਨੂੰ ਪਤਾ ਲੱਗੇ ਵੀ ਇਹਨਾਂ ਦੀ ਵੱਡੀ ਇੰਨੀ ਜ਼ਿਆਦਾ ਵੱਡੀ ਪੱਧਰ ਤੇ ਇਹ ਬਹੁਤ ਵੱਡੇ ਪੱਧਰ ਤੇ, ਜਾਂ ਜਿਹੜੇ ਏਰੀਆ 'ਚ ਅਸੀਂ ਚੈੱਕ ਹੋਈਏ ਵੀ ਇਸ ਏਰੀਏ 'ਚ ਜ਼ਿਆਦਾ ਰਹਿੰਦੇ ਨੇ, ਮੈਲਬਨ ਸਿਡਨੀ ਜਿੱਥੇ ਵੀ ਤੁਸੀਂ ਵੱਸਦੇ ਹੋ ਜ਼ਿਆਦਾ ਗਿਣਤੀ ਦੇ ਵਿੱਚ, ਤਾਂ ਉਸ ਏਰੀਏ ਨੂੰ ਖਾਸ ਕਰਕੇ ਸਰਕਾਰਾਂ ਧਿਆਨ 'ਚ ਰੱਖ ਕੇ ਸਾਡੇ ਵੱਲੇ ਵਾਸਤੇ ਨੀਤੀਆਂ ਬਣਨ। ਦੂਜੀ ਗੱਲ ਆ, ਪੰਜਾਬੀ ਘਰਾਂ 'ਚ ਪੜ੍ਹਾਓ ਤੇ ਲਿਖੋ ਜ਼ਰੂਰ। ਇਹ ਅਸੀਂ ਬਹੁਤ ਜ਼ਰੂਰੀ ਮਿਹਨਤ ਤਰ ਲਈ ਤੁਹਾਡੇ ਮੂਹਰੇ ਕਰਦੇ ਹਾਂ, ਪ੍ਰਦੇਸੀਆਂ ਮੂਹਰੇ ਵੀ ਇਹ ਪ੍ਰੋਬਲਮ ਇੱਥੇ ਵੀ ਸ਼ਹਿਰਾਂ 'ਚ ਆ ਗਈ, ਸ਼ਹਿਰਾਂ 'ਚ ਨੋਰਮਲ ਵੱਡੇ ਸ਼ਹਿਰਾਂ 'ਚ ਅੰਗਰੇਜ਼ੀ ਸਕੂਲਾਂ 'ਚ ਪੜ੍ਹਦੇ ਨੇ ਉੱਥੇ ਹਿੰਦੀ ਪੜ੍ਹਾਈ ਜਾਂਦੀ ਆ, ਸਾਡੇ ਪਿੰਡਾਂ 'ਚੋਂ ਵੱਸ ਕੇ ਲੋਕ ਸ਼ਹਿਰਾਂ 'ਚ ਰਹਿਣ ਲੱਗ ਗਏ, ਉਹ ਕਰਿਆ ਕਿ ਪਟਿਆਲੇ ਮੋਹਾਲੀ ਦੀ ਵੱਡੀ ਪ੍ਰੋਬਲਮ ਆ, ਉੱਥੇ ਹਿੰਦੀ ਇੰਗਲਿਸ਼ ਪੜ੍ਹੀ ਜਾਂਦੀ ਆ, ਪੰਜਾਬੀ ਨਹੀਂ ਮੈਨੂੰ ਲੱਗਦਾ ਕਿਸੇ ਨੂੰ ਆਉਂਦੀ, ਲਿਖਣੀ ਨਹੀਂ ਆਉਂਦੀ ਜਵਾਬ। ਇਹ ਬਹੁਤ ਵੱਡਾ ਦਖਾਂਤ ਪੈਦਾ ਹੋ ਰਿਹਾ ਆਉਣ ਵਾਲੇ ਸਮੇਂ 'ਚ, ਇਹ ਸਾਰੀ ਪੰਜਾਬੀ ਕਮਿਊਨਿਟੀ 'ਤੇ ਆ ਰਿਹਾ, ਇਕੱਲੇ ਇਹ ਨਹੀਂ ਹੈਗਾ, ਇਕੱਲੇ ਪੰਜਾਬ 'ਚ ਆ ਜਾਂ ਇਕੱਲੇ ਕੈਨੇਡਾ ਅਮੈਰੀਕਾ ਆਸਟ੍ਰੇਲੀਆ 'ਚ, ਸਾਡੇ ਸਾਰੇ ਭਾਈਚਾਰੇ 'ਤੇ ਅਸੀਂ ਐਡਵਾਂਸ ਹੋਣ ਦੇ ਚੱਕਰ 'ਚ ਪ੍ਰਵਾਸ ਹੋਇਆ, ਪ੍ਰਵਾਸ ਸਾਡੀ ਮਜਬੂਰੀ ਆ, ਕੋਈ ਆਪਦਾ ਘਰ ਨਹੀਂ ਛੱਡਣਾ ਚਾਹੁੰਦਾ, ਪ੍ਰਵਾਸ ਹੋ ਗਿਆ ਸਾਡਾ ਬਹੁਤ ਗਿਣਤੀ 'ਚ, ਜਦੋਂ ਪ੍ਰਵਾਸ ਹੋ ਜਾਂਦਾ ਨਾ ਉਦੋਂ ਨਹੀਂ, ਕੁਛ ਪ੍ਰਵਾਸ ਤਾਂ ਚੱਲ ਹੋਇਆ, ਕੁਛ ਲੋਕ ਜਿਹੜੇ ਇੱਥੇ ਵਾਲੇ, ਇੱਥੇ ਵਾਲੇ ਵੀ ਅਲੱਗ ਮਸਲਾ ਹੈਗਾ, ਹਾਂ ਪ੍ਰਵਾਸ ਹੋ ਗਿਆ ਬਹੁਤ ਗਿਣਤੀ ਦੇ ਵਿੱਚ, ਤਾਂ ਪ੍ਰਵਾਸ ਦੇ ਨਾਲ ਸਾਡੀ ਭਾਸ਼ਾ ਤੇ ਸਿਰ ਤੇ ਬਹੁਤ ਇੱਕ ਜਿਹੜੀ ਤਿੱਖੀ ਤਲਵਾਰ ਲਟਕ ਰਹੀ ਆ, ਜਿਹੜੀ ਹਰ ਵੇਲੇ ਸਾਡੀ ਭਾਸ਼ਾ ਦਾ ਗਲਾ ਵੱਢਣ ਨੂੰ ਤਿਆਰ ਆ। ਉਹਦੇ 'ਚ ਕੀ ਆ, ਅਸੀਂ ਪ੍ਰਦੇਸ਼ਾਂ ਜਾ ਕੇ ਕੰਮ ਕਰਦੇ, ਸਾਡੇ ਬੱਚੇ ਉੱਥੇ ਜੰਮਦੇ ਨੇ, ਉੱਥੇ ਪੜ੍ਹਦੇ ਨੇ, ਤਾਂ ਉਹਨਾਂ ਲਈ ਪੰਜਾਬੀ ਇੱਕ ਅਣਜਾਣ ਭਾਸ਼ਾ ਬਣ ਜਾਂਦੀ ਹੈ ਜੇ ਅਸੀਂ ਧਿਆਨ ਨਹੀਂ ਦਿੰਦੇ, ਤਾਂ ਜੇ ਅਸੀਂ ਧਿਆਨ ਦੇ ਦਈਏ ਤਾਂ ਉਹ ਘਰਾਂ 'ਚ ਬੋਲਣੀ ਅਤੇ ਲਿਖਣੀ ਸਿੱਖ ਜਾਣ, ਜੇ ਉਹ ਲਿਖਣੀ ਅਤੇ ਬੋਲਣੀ ਸਿੱਖ ਜਾਣਗੇ, ਭਾਸ਼ਾ ਦੇ ਨਾਲ ਹੀ ਜਿਹੜੀ ਆ ਕੌਮ ਜਿਉਂਦੀ ਰਹਿੰਦੀ ਆ, ਹੈ ਨਾ।
ਜੇ ਭਾਸ਼ਾ ਹੀ ਨਾ ਰਹੀ ਜੇ ਹੁਣ ਫਿਰ ਤਾਂ ਅਸੀਂ ਇੱਕ ਉਵੇਂ ਹੀ ਹੋ ਜਾਵਾਂਗੇ ਨਾ ਕੈਨੇਡਾ 'ਚ ਆਸਟ੍ਰੇਲੀਆ 'ਚ ਜਿਵੇਂ ਬਹੁਤ ਧਰਮਾਂ ਦੇ ਬਹੁਤ ਲੋਕਾਂ ਜਾਤਾਂ ਦੇ ਲੋਕ ਰਹਿੰਦੇ ਨੇ ਉਵੇਂ ਇੱਕ ਸਾਡੀ ਇੱਕ ਨਾਂ ਜ਼ਰੂਰ ਹੋਊਗਾ ਵੀ ਪੰਜਾਬੀ ਨੇ ਪਰ ਉਹਦੇ 'ਚ ਅਸੀਂ ਪੰਜਾਬੀ ਹੋਵਾਂਗੇ ਨਹੀਂ ਅਸੀਂ ਵੀ ਗੋਰਿਆਂ ਵਰਗੇ ਹੀ ਹੋਵਾਂਗੇ ਬਸ ਇੱਕ ਉਹਨਾਂ 'ਚੋਂ ਅੱਡ ਕਰਨ ਲਈ ਸਾਨੂੰ ਇੱਕ ਕਹਿ ਦੇਣਗੇ ਵੀ ਇਹ ਪੰਜਾਬੀ ਨੇ ਪਰ ਉਹੀ ਭਾਸ਼ਾ ਅਸੀਂ ਵਰਤਦੇ ਹੋਵਾਂਗੇ ਉਹੀ ਸਾਰਾ ਕੁਝ ਅਸੀਂ ਵਰਤਾਂਗੇ ਤਾਂ ਜਿਹੜੀ ਸਾਡੀ ਹੋਂਦ ਆ ਉਹ ਗਵਾਚ ਚੁੱਕੀ ਹੋਊਗੀ ਅਤੇ ਹੌਲੀ ਹੌਲੀ ਸਾਡੇ ਬੰਦੇ ਪੰਜਾਬੀ ਅਖਵਾਉਣ ਤੋਂ ਵੀ ਪਾਸਾ ਕਰਨ ਲੱਗ ਜਾਣਗੇ ਜਦੋਂ ਸਾਡੇ ਕੋਲ ਹੋਰ ਸਾਰਾ ਕੁਝ ਇਹਨਾਂ ਵਰਗਾ ਨੂੰ ਪੰਜਾਬੀ ਕਿਉਂਕਿ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੋਊਗਾ ਪੰਜਾਬੀ ਦੀ ਅਹਿਮੀਅਤ ਦਾ ਪੰਜਾਬੀ ਦੇ ਲਿਖਣ ਬੋਲਣ ਦਾ ਸੋ ਕਿਰਪਾ ਕਰਕੇ ਪੰਜਾਬੀ ਬੱਚਿਆਂ ਨੂੰ ਪੜ੍ਹਾਓ ਘਰਾਂ 'ਚ ਲਿਖਾਓ ਬੋਲੋ ਅਤੇ ਤਾਂ ਹੀ ਪੰਜਾਬੀ ਵੱਧ ਸਕਦੀ ਹੈ ਅਤੇ ਲਾਸਟ ਆ 10 ਅਗਸਤ ਨੂੰ ਭੁੱਲਿਓ ਨਾ ਮਰਦਮਸ਼ੁਮਾਰੀ ਆ ਜਿਹੜੀ ਆਸਟ੍ਰੇਲੀਆ 'ਚ ਬਹੁਤ ਗਿਣਤੀ 'ਚ ਪੰਜਾਬੀ ਤੁਹਾਡੇ ਸਾਰੇ ਸਰਕਲ 'ਚ ਹਾਂ ਵੀ ਹੋਣਗੇ ਤੁਹਾਡੇ ਸਟੂਡੈਂਟ ਜਿਹੜੇ ਇੱਕ ਬੰਦੇ ਦੇ ਸਰਕਲ 10-15 ਜਾਣੇ ਆ ਉਹਨਾਂ ਨੂੰ ਬੇਨਤੀ ਕਰੋ ਉਹਨਾਂ ਨੂੰ ਇਹ ਵੀਡੀਓ ਭੇਜੋ ਜਾਂ ਉਹਨਾਂ ਨੂੰ ਤੁਸੀਂ ਆਓਗੇ ਆਪ ਵੀ ਵੀਡੀਓ ਬਣਾ ਕੇ ਇਹੋ ਜਿਹੀਆਂ ਵੀਡੀਓ ਸੋਸ਼ਲ ਮੀਡੀਆ ਤੇ 5-7 ਦਿਨ ਹਰੇਕ ਬੰਦੇ ਦੇ ਸੰਪਰਕ 'ਚ 10-15 ਬੰਦੇ ਤਾਂ ਹੈਗੇ ਹੀ ਨੇ ਇਧਰੋਂ ਵੀ ਤਾਂ ਉਹਨਾਂ 10-15 ਨੂੰ ਕਹੋ ਵੀ ਵੀਰੇ ਯਾਰ ਹੋਰ ਕੰਮ ਚੱਲਦੇ ਰਹਿਣੇ ਨੇ ਤੁਹਾਡਾ ਜਿਹੜਾ ਜੋਬ ਆ ਉਹ ਵੀ ਚੱਲਦੀ ਰਹਿਣੀ ਪਰ ਟਾਈਮ ਕੱਢ ਕੇ ਆਹ ਕੰਮ ਜ਼ਰੂਰ ਕਰੋ ਹਰ ਬੰਦਾ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਤੁਸੀਂ ਇਹਨੂੰ ਭਰੋ ਸਬਮਿਟ ਕਰਾਓ ਉੱਥੇ ਗੌਰਮੈਂਟ ਕੋਲੇ ਤਾਂ ਜੋ ਪੰਜਾਬੀ ਅਸੀਂ ਆਪਦੀ ਹੋਂਦ ਨੂੰ ਦਰਸਾ ਸਕੀਏ ਬਹੁਤ ਵਾਰੀ ਬਹੁਤ ਕੰਮ ਇਸ ਲਈ ਕਰਨੇ ਪੈਂਦੇ ਨੇ ਵੀ ਅਸੀਂ ਹੈਗੇ ਹਾਂ ਇਹ ਸਾਡੇ ਕੋਲੇ ਆਸਟ੍ਰੇਲੀਆ ਗੌਰਮੈਂਟ ਨੂੰ ਉਹਨਾਂ ਮੁਲਕਾਂ ਨੂੰ ਦੱਸਣ ਦਾ ਮੌਕਾ ਵੀ ਹਾਂ ਅਸੀਂ ਇੱਥੇ ਹੈਗੇ ਹਾਂ ਅਤੇ ਸਾਡੀ ਹੋਂਦ ਲਈ ਬਹੁਤ ਜ਼ਰੂਰੀ ਆ ਮਰਦਮਸ਼ੁਮਾਰੀ ਦੇ ਵਿੱਚ ਪੰਜਾਬੀ ਲਿਖਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ